हेलो डियर स्टूडेंट्स ओपन योर इंग्लिश बुक्स टुडे वी विल टू अबाउट नाउन सो व्हाट इज नाउन अ नाउन इज द नेम ऑफ अ पर्सन एनिमल एंड थिंग नाउन की है किसी भी पर्सन का नाम किसी भी जगह का नाम किसी भी जानवर का नाम या ਕਿਸੇ ਵੀ ਚੀਜ਼ ਦਾ ਨਾਮ ਤਾਂ ਉਸ ਨੂੰ ਆਪਾਂ ਨਾਉਨ ਕਹਿੰਦੇ ਆ ਨਾਮ ਜਿਵੇਂ ਪੰਜਾਬੀ ਵਿੱਚ ਆਪਾਂ ਨਾਮ ਬੋਲਦੇ ਆ ਅ ਨਾਉਨ ਇਜ਼ ਦਾ ਨੇਮ ਆਫ ਅ ਪਰਸਨ ਪਰਸਨ ਕੋਈ ਵੀ ਹੋ ਸਕਦਾ ਜਿਵੇਂ ਟੀਚਰ ਡਾਕਟਰ ਜਾਂ ਕਿਸੇ ਦਾ ਵੀ ਨੇਮ ਲਾਈਕ ਅਮਨਦੀਪ ਐਸੈਟਰਾ ਐਂਡ ਪਲੇਸ ਕਿਸੇ ਵੀ ਜਗ੍ਹਾ ਦਾ ਨਾਮ ਜਿਵੇਂ ਹਸਪੀਟਲ ਗਾਰਡਨ ਦਿੱਲੀ ਐਸੈਟਰਾ ਐਨੀਮਲ ਕਿਸੇ ਵੀ ਜਾਨਵਰ ਦਾ ਨੇਮ ਡੌਗ ਕੈਟ ਲਾਇਨ ਐਸੈਟਰਾ ਐਂਡ ਥਿੰਗ ਕਿਸੇ ਵੀ ਚੀਜ਼ ਦਾ ਨਾਮ ਪੈਨਸਿਲ ਸਟੇਟ ਲੋਕ ਐਟ ਸਟਾ ਸੋ ਅ ਨਾਉਨ ਇਜ਼ ਆ ਨੇਮ ਆਫ ਅ ਪਰਸਨ ਪਲੇਸ ਐਨੀਮਲ ਐਂਡ ਥਿੰਗ ਹਾਂਜੀ ਇਹ ਪਾਰਟ ਅੰਡਰਲਾਈਨ ਦਾ ਨਾਉਨ ਇਨ ਦਾ ਫੋਲੋਇੰਗ ਸੈਂਟੈਂਸਿਸ ਇਨਾਂ ਵਾਕਾਂ ਦੇ ਵਿੱਚ ਆਪਾਂ ਨੇ ਨਾਉਨ ਨੂੰ ਅੰਡਰਲਾਈਨ ਕਰਨਾ ਨਾਉਨ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਕਿਸੇ ਵੀ ਪਰਸਨ ਜਗਾ ਜਾਨਵਰ ਜਾਂ ਚੀਜ਼ ਦਾ ਨਾਮ ਜੋ ਵੀ ਆਏਗਾ ਉਸ ਨੂੰ ਆਪਾਂ ਨੇ ਅੰਡਰਲਾਈਨ ਕਰ ਦੇਣਾ ਫਸਟ ਦਾ ਡੋਗ ਇਜ਼ ਆ ਫੇਥਫੁਲ ਐਨੀਮਲ ਤਾਂ ਇਹਦੇ ਵਿੱਚ ਆਪਣੇ ਕੋਲ ਨਾਊਨ ਨੇ ਡੋਗ ਐਨੀਮਲ ਨਾਊਨ ਦਾ ਡੋਗ ਐ ਐਨੀਮਲ ਅੰਡਰਲਾਈਨ ਦੀਜ ਵਰਡਸ ਸੈਕਿੰਡ ਮੋਤੀ ਕੀਲ ਦਾ ਸਨੇਕ ਸਨੇਕ ਇਜ਼ ਨਾਊਨ ਸੋ ਅੰਡਰਲਾਈਨ ਇਟ ਥਰਡ ਮੁੰਬਈ ਇਜ਼ ਆ ਬਿਗ ਸਿਟੀ ਮੁੰਬਈ ਸਿਟੀ ਦੀਜ ਆਰ ਨਾਊਨਸ Underline these words. Fourth, shun is playing football. Shun, football. These are nouns. Underline these words. Fifth, my teacher gave me this book. Teacher, book. Underline these words. So in sentences, dog, animal, snake, mumbai, city, shun, football, teacher, and book. These are nouns. B and circle the word showing special name of a person, place or thing. Uh, in fifth class uh, we will do about two parts of nouns: common noun and proper noun. The common noun sab to common noun. Common nouns are general names and they do not begin with the capital letter. ਕਾਮਨ ਨਾਉਨ ਮਤਲਬ ਕਿਸੇ ਵੀ ਆਮ ਜਗ੍ਹਾ ਦਾ ਨਾਮ ਮਤਲਬ ਕਿਸੇ ਵੀ ਆਮ ਚੀਜ਼ ਦਾ ਨਾਮ ਜਿਵੇਂ ਵਰਡ ਦੇ ਵਿੱਚ ਇੱਕੋ ਕਾਈਂਡ ਦੀਆਂ ਇੱਕੋ ਕਿਸਮ ਦੀਆਂ ਕਾਫੀ ਚੀਜ਼ਾਂ ਹੋ ਸਕਦੀਆਂ ਨੇ ਤਾਂ ਉਹ ਕਿਹਾਣਗੀਆਂ ਕਾਮਨ ਨਾਉਨ ਜਿਵੇਂ ਆਪਾਂ ਕਹਿੰਦੇ ਨੇ ਐਨੀਮਲ ਐਨੀਮਲ ਇੱਕ ਮਤਲਬ ਆਪਣੇ ਕੋਲ ਕਿਸੇ ਕੈਟਾਗਰੀ ਦਾ ਨਾਮ ਹੈ ਕਿਸੇ ਖਾਸ ਐਨੀਮਲ ਦਾ ਨੇਮ ਤਾਂ ਨਹੀਂ ਹੈਗਾ ਤਾਂ ਇਹ ਕੀ ਹੈ ਆਪਣੇ ਕੋਲ ਕਾਮਨ ਨਾਉਨ ਪ੍ਰੋਪਰ ਨਾਉਨ ਪ੍ਰੋਪਰ ਨਾਉਨ ਉਹ ਹੁੰਦੇ ਆ ਜੋ ਕਿਸੇ ਖਾਸ ਚੀਜ਼ ਨੂੰ ਦਰਸਾ ਰਹੇ ਆ ਮਤਲਬ ਕਈ ਚੀਜ਼ਾਂ ਇਹ ਜੀ ਹੁੰਦੀਆਂ ਜੋ ਵਰਡ ਦੇ ਵਿੱਚ ਇੱਕ ਹੀ ਆ ਜਾਂ ਜੁਰੀ ਨਹੀਂ ਸਿਰਫ ਵਰਡ ਦੇ ਵਿੱਚ ਇੱਕ ਹੀ ਜਾਂ ਫਿਰ ਐਵੇਂ ਵੀ ਹੋ ਸਕਦਾ ਵੀ ਬਹੁਤ ਖਾਸ ਹੋਣ ਜਿਵੇਂ ਆਪਣੇ ਦੇਸ਼ ਦਾ ਨਾਮ ਇੰਡੀਆ ਰਾਜ ਦਾ ਨਾਮ ਪੰਜਾਬ ਤਾਂ ਇਹ ਕੀ ਨੇ ਆਪਣਾ ਪ੍ਰੋਪਰ ਨਾਉਨ ਦਾ ਇੰਪੋਰਟੈਂਟ ਥਿੰਗ ਟੂ ਰਿਮੈਂਬਰ ਇਜ਼ ਦੈਟ ਪ੍ਰੋਪਰ ਨਾਉਨ ਨੇਮ ਸਪੈਸੀਫਿਕ ਥਿੰਗਸ ਐਂਡ ਦੇ ਬਿਗਿਨ ਵਿਦ ਅ ਕੈਪੀਟਲ ਲੈਟਰ ਮਤਲਬ ਜਿਹੜੇ ਪ੍ਰੋਪਰ ਨਾਉਨ ਨੇ ਇਹ ਹਮੇਸ਼ਾ ਖਾਸ ਚੀਜ਼ਾਂ ਨੂੰ ਦਰਸਾਉਂਦੇ ਨੇ ਤੇ ਇਹਨਾਂ ਮਤਲਬ ਜਦੋਂ ਆਪਾਂ ਲਿਖਦੇ ਆ ਤਾਂ ਇਹ ਹਮੇਸ਼ਾ ਕੈਪੀਟਲ ਲੈਟਰਸ ਦੇ ਨਾਲ ਸਟਾਰਟ ਹੁੰਦੇ ਨੇ ਤਾਂ ਜਿਵੇਂ ਬੀ ਪਾਰਟ ਦੇ ਵਿੱਚ ਆਪਾਂ ਨੇ ਸਪੈਸ਼ਲ ਨੇਮ ਆ ਫਾਈਂਡ ਆਊਟ ਕਰਨਾ ਹੈ ਤਾਂ ਸਪੈਸ਼ਲ ਨੇਮ ਮੀਨਸ ਪ੍ਰੋਪਰ ਨਾਉਨ ਕਿਸੇ ਵੀ ਜੋ ਵੀ ਆਪਾਂ ਨੂੰ ਸਪੈਸ਼ਲ ਨੇਮ ਦਿੱਤਾ ਗਿਆ ਸਭ ਤੋਂ ਪਹਿਲੇ ਸਾਰੇ ਨਾਉਨ ਨੇ ਜੋ ਵੀ ਸਪੈਸ਼ਲ ਆਪਾਂ ਉਹ ਵਾਲਾ ਸਰਕਲ ਕਰਾਂਗੇ ਹਾਂਜੀ ਗਾਰਡਨ ਸੁਖਨਾ ਲੇਕ ਗ੍ਰੈਂਡਮਦਰ ਤਾਂ ਇਨ ਥਿਸ ਵਰਡ ਸੁਖਨਾ ਲੇਕ ਇਸ ਸਪੈਸ਼ਲ ਨੇਮ ਯੂ ਕੈਨ ਸੀ ਇਟ ਸਟਾਰਟ ਵਿਦ ਦਾ ਕੈਪੀਟਲ ਲੈਟਰ ਇਟ ਸਟਾਰਟਸ ਵਿਦ ਦਾ ਕੈਪੀਟਲ ਲੈਟਰ ਸੋ ਇਟ ਇਸ ਸਪੈਸ਼ਲ ਨਾਉਨ ਸੁਖਨਾ ਲੇਕ ਨੈਕਸਟ ਸਨਫਲਾਰ ਅੰਕਰ ਯੂ ਰਾਈਸਿੰਗ ਯੂ ਰਾਈਸਿੰਗ ਇਟ ਆਲਸੋ ਸਟਾਰਟ ਵਿਦ A capital letter so special name is you rising. Next book Nepal Peacock Nepal Sunday close animal Sunday. So the words that are special you rising Nepal Sunday. Circle these words. Haji was the important thing to remember is that proper nouns name specific things and they begin with a capital letter yaad rakhna jivein main pehla vi dassya kisi bhi khaas cheez uh, da naam hai jo oh kyu hoega proper noun te proper noun hamesha capital letter de naal shuru hunda common noun kisi bhi matlab aam um, cheez da naam te oh kade vi capital letter de naal start nahi hovega next Underline the nouns in the following sentences and enlist them as common and proper nouns. Ta apane noun no underline karna common noun proper noun. Jo bhi hai, oh First sentence is my sister is going to Amritsar. Nouns are sister Amritsar. Underline these words. Second, I have a wooden clock in my room. Clock room. These are nouns so underline uh, sorry, so underline these words next jaspreet will join us on monday jaspreet monday these are nouns next my grandfather has many cows grandfather cows grandfather and cows underline these words next i have lost my water bottle i have lost my water bottle bottle is noun so underline this 6 we will go to delhi by train delhi train these are nouns now uh, we will enlist them as common and proper nouns common noun hai jo ohna nu alag likh langge proper noun hai jo ohna nu alag likh langge common noun ha ji first sentence de vich sister and amritsar We have uh, underlined two words, sister and Amritsar Sister is common noun because sister, not sister, name is sister. Sister, So it is common noun. Amritsar Amri starts with capital letter, so it's proper noun. We will write it right side. Amri, sir. Next, I have a wooden clock in my room. We have underlined two words. Clock and room. These are nouns. Clock is... clock So, clock is common noun and room is also common noun. Next, Jaspreet will join us Monday. Jaspreet and Monday. These uh, two words are noun. Jaspreet and Monday. The... ਤੁਸੀਂ ਦੇਖ ਸਕਦੇ ਹੋ ਦੋਨੋਂ ਹੀ ਫਰਸਟ ਲੈਟਰ ਦੋਨਾਂ ਦਾ ਕੈਪੀਟਲ ਹੈ ਸੋ ðiਸ ਆਰ ਪ੍ਰੋਪਰ ਨਾਉਨ ਜਸਪ੍ਰੀਤ ਐਂਡ ਮੰਡੇ ਆਰ ਪ੍ਰੋਪਰ ਨਾਉਨ ਨੈਕਸਟ ਮਾਈ ਗ੍ਰੈਂਡਫਾਦਰ ਹੈਜ਼ ਮੈਨੀ ਕਾਊਜ਼ ਗ੍ਰੈਂਡਫਾਦਰ ਕਾਊਜ਼ ਦੋਨੋਂ ਕਾਮਨ ਨਾਉਨ ਆ ਹੈਵ ਲੌਸਟ ਮਾਈ ਵਾਟਰ ਬੋਟਲ ਬੋਟਲ ਇਜ਼ ਕਾਮਨ ਨਾਉਨ ਵੀ ਵਿਲ ਗੋ ਟੂ ਢੇਲੀ ਬਾਈ ਟੇਨ ਢੇਲੀ ਇਟ ਸਟਾਰਟਸ ਵਿਦ ਕੈਪੀਟਲ ਲੈਟਰ ਸੋ ਇਟ ਇਜ਼ ਪ੍ਰੋਪਰ ਨਾਉਨ ਢੇਲੀ ਐਂਡ ਟੇਨ ਇਟ ਇਜ਼ common noun next depart plurals write plurals by adding s to the following nouns jo bhi apan nu noun ditte gaye ne inna nal apan s add karke inna nu inna de plurals likhange carrot carrots bowl bowls bird birds jug jugs monkey monkeys stool stools and next depart Write plurals by adding ES to the following nouns. ES add karangi and another plurals bnamagi. Box, boxes, match, matches, glass, glasses, brush, brushes, tomato, tomatoes. In these words, the last word is X, CH, SH, -S -S O. So, in, uh, with these words, ਵੀ ਯੂਜ਼ ਈ ਐਸ ਜਿੱਥੇ ਵੀ ਲਾਸਟ ਦੇ ਵਿੱਚ ਆਪਣੇ ਕੋਲ ਓ ਐਕਸ ਸੀ ਐਚ ਐਸ ਐਸ ਐਚ ਡਬਲ ਐਸ ਜਾਂ ਓ ਇਹ ਵਾਲੇ ਵਰਡ ਲਾਸਟ ਦੇ ਵਿੱਚ ਆ ਰਹੇ ਨੇ ਤਾਂ ਆਪਾਂ ਉੱਥੇ ਨੇ ਆਪਾਂ ਨੇ ਉੱਥੇ ਈ ਐਸ ਐਡ ਕਰ ਦੇਣਾ ਨੈਕਸਟ ਰਾਈਟ ਟੂ ਰੋਜ਼ ਬਾਈ ਐਡਿੰਗ ਆਈ ਈ ਐਸ ਆਫਟਰ ਅ ਮੀਟਿੰਗ ਵਾਈ ਵਾਈ ਨੂੰ ਕੱਟ ਕੇ ਆਪਾਂ ਕੀ ਕਰਨਾ ਆਈ ਈ ਐਸ ਸੋ ਜਿੱਥੇ ਵੀ ਆਪਣੇ ਕੋਲ ਵਾਈ ਹੋਵੇ ਵਾਈ ਨੂੰ ਕੱਟ ਕੇ ਆਪਾਂ ਆਈ ਈ ਐਸ ਲਗਾ ਦਿੰਦੇ ਹਾਂ ਜਦੋਂ ਉਹਦੇ ਆਪਾਂ ਨੰਬਰ ਚੇਂਜ ਕਰ ਰਹੇ ਹਾਂ ਤਾਂ ਪਰ ਇੱਕ ਗੱਲ ਯਾਦ ਰੱਖਣੀ ਹੈ ਜਿਵੇਂ ਆਪਣੇ ਕੋਲ ਇੱਧਰ ਇੱਕ ਵਰਡ ਆਇਆ ਸੀ ਮੰਕੀ ਤਾਂ ਇਹਦੇ ਵਿੱਚ ਆਪਾਂ ਸਿਰਫ ਐਸ ਐਡ ਕੀਤੀ ਹੈ ਕਿਉਂ ਕਿਉਂਕਿ ਵਾਈ ਦੇ ਕੋਲ ਆਪਣੇ ਦੇ ਜੋ ਵਾਈ ਦੇ ਨਾਲ ਵਾਲਾ ਲੈਟਰ ਹੈ ਉਹ ਆਪਣੇ ਕੋਲ e ਹੈ ਔਰ e ਕੀ ਹੈ ਇੱਕ ਵੋਲਵਰ ਜਿੱਥੇ ਵੀ ਆਪਣੇ ਕੋਲ ਜਿਵੇਂ ਲਾਸਟ ਵਾਲਾ ਵਰਡ ਮੰਨ ਲਓ y ਹੈ ਤਾਂ ਉਸ ਤੋਂ ਪਹਿਲਾ ਵਾਲਾ ਲੈਟਰ ਹੈ ਜੋ ਵੋਲਵਰਡਸ ਆਵੇ ਕੋਈ ਵੀ ਵੋਲਵਰਡ ਹੋ ਸਕਦਾ a e i o u ਦੇ ਵਿੱਚੋਂ ਤਾਂ ਉੱਥੇ ਆਪਾਂ ਇਹ ਵਾਲਾ ਰੂਲ ਫੋਲੋ ਨਹੀਂ ਕਰਨਾ ਉੱਥੇ ਆਪਾਂ ਸਿੰਪਲ s ਲਗਾਵਾਂਗੇ ਜਿਵੇਂ ਮੰਕੀ ਦੇ ਨਾਲ ਆਪਾਂ ਸਿਰਫ s ਲਗਾਈ ਹੈ y ਕੱਟ ਕੇ i es ਚੇਂਜ ਨਹੀਂ ਕੀਤਾ ਕਿਉਂਕਿ y ਦੇ ਨਾਲ ਕੀ ਆਪਣੇ ਕੋਲ ਵੋਲਵਰਡ एवें जिमें बोए बॉय के नाल भी आप सिर्फ एस ई लगाते हैं क्योंकि उत्तें भी की है वाई दे नाल अपने को ओ वर्ड है और ओवर्ड एक वॉलवर्ड है नैक्स स्टोरी स्टोरीज एस टी ओ आर आई ई एस वाई कट के आई ई एस एड कर देना सिटी सिटीज बेबी बेबीज लेडी लेडीज फैमली फैमलीज डी राइट रोज बाय चेंजिंग द वॉल हन ਆਪਣੇ ਕੋਲ ਕੁਝ ਵਰਡ ਇਦਾਂ ਦੇ ਹੁੰਦੇ ਨੇ ਜਦੋਂ ਆਪਾਂ ਉਹਨਾਂ ਨੂੰ ਪਲੂਰਲ ਬਣਾਉਂਦੇ ਆ ਤਾਂ ਆਪਣੇ ਕੋਲ ਵੋਲਵ ਵਰਡਸ ਉਹਨਾਂ ਦੇ ਚੇਂਜ ਹੋ ਜਾਂਦੇ ਨੇ ਲਾਈਕ ਮੈਨ ਮੈਨ M E N ਊਮਨ ਵਿਮਨ ਆਪਾਂ ਇਹਨੂੰ ਲਿਖਦੇ W O M E N ਬਟ ਇਸ ਦੀ ਜਿਹੜੀ ਰਾਈਟ ਪਨੰਸੀਏਸ਼ਨ ਹੈ ਉਹ ਹੈ ਵਿਮਨ W O M E N फुट फीट एफ डब्ल्यू टी टूथ टीथ टी डब्ल्यू टी एच गूज गीज नैक्स आर्टिकल जिमें आपने कॉमन एंड प्रॉपर नाउन किए हैं तो आर्टिकल दि अपने जो भी रूल्स फॉलो करने ने याद रखना ए सब तो पहला अपने को देर आर थ्री टाइप्स ऑफ आर्टिकल्स ए एंड द ए एंड द ए दें कि यूज करना जिते भी अपने कोल कॉमन नाउन है विद कॉमन नाउन नाउंड यूज ए एंड एन एन दल दो फंडस अपने याद रखने हैं सब तो पहला एक तो है वॉलवर्ड ए ई आई यू ਓ ਯੂ ਪਰ ਇਹ ਆਪਣੇ ਕੋਲ ਉੱਥੇ ਰੂਲ ਫੋਲੋ ਨਹੀਂ ਹੁੰਦਾ ਕਿਉਂਕਿ ਜਿਵੇਂ ਓਨੈਸਟ ਓਨੈਸਟ ਦੇ ਨਾਲ ਇਹਨਾਂ ਨੇ ਸੈਕਿੰਡ ਦੀ ਦੇਖੋ ਐਨ ਓਨੈਸਟ ਮੈਨ ਲਗਾਇਆ ਹੋਇਆ ਇੱਥੇ ਆਪਣੇ ਕੋਲ ਵੋਲ ਵਰਡ ਵੋਵਲ ਵਰਡ ਨਹੀਂ ਹੈ ਤਾਂ ਆਪਾਂ ਕੀ ਹੈ ਇੱਥੇ ਐਨ ਫਿਰ ਵੀ ਲਗਾਇਆ ਹੋਇਆ ਤਾਂ ਤੁਸੀਂ ਇਹ ਵਾਲਾ ਰੂਲ ਨਹੀਂ ਯਾਦ ਰੱਖਣਾ ਤੁਸੀਂ ਸਿੰਪਲ ਯਾਦ ਰੱਖਣਾ ਜਦੋਂ ਆਪਣੇ ਕੋਲ ਜੋ ਵੀ ਫਿਲਪ ਤੋਂ ਬਾਅਦ ਵਾਲਾ ਵਰਡ ਹੈ ਉਹਦੇ ਵਿੱਚ ਊੜਾ ਆੜਾ ਜਾਂ ਈ ਡੀ ਦੀ ਆਵਾਜ਼ ਆ ਰਹੀ ਹੈ ਤਾਂ ਉੱਥੇ ਆਪਾਂ ਹਮੇਸ਼ਾ ਐਨ ਲਗਾਉਣਾ द वी वि यूज द विद प्रॉपर नाउन प्रॉपर नाउन आप यूज़ करें आ विद कॉमन नाउन या कोई भी एक चीज़ है एन वियर द वॉयस इज कमिंग ऑफ ऊड़ा आड़ा इड़ी ऊड़ा आड़ा इड़ी दवाज आ रही है जिथे उथे आप यूज़ करेंगे एंड द विद प्रॉपर नाउन प्रॉपर नाउन के ना अपना द यूज करेंगे ਯਾਂ ਕੋਈ ਵੀ ਆਪਣੇ ਕੋਲ ਦਾ ਜਿਵੇਂ ਪ੍ਰੋਪਰ ਨਾਉਨ ਦੇ ਨਾਲ ਹੋ ਗਿਆ ਜਾਂ ਕਿਸੇ ਵੀ ਚੀਜ਼ ਦੇ ਆਪਾਂ ਨੂੰ ਜਿਵੇਂ ਖਾਸ ਜਗ੍ਹਾ ਦਰਸਾਈ ਗਈ ਹੈ ਜਾਂ ਖਾਸ ਚੀਜ਼ ਵੱਲ ਇਸ਼ਾਰਾ ਕੀਤਾ ਗਿਆ ਤਾਂ ਉੱਥੇ ਵੀ ਆਪਾਂ ਦਾ ਹੀ ਯੂਜ਼ ਕਰਨਾ ਹੈ ਹਾਂਜੀ ਫਿਲ ਇਨ ਦਾ ਬਲੈਂਕਸ ਵਿਸ਼ੇਅਬਲ ਆਰਟੀਕਲਸ a and the ਫਰਸਟ ਇਜ਼ ਥਿਸ ਇਜ਼ ਨਾਟ ਡੈਸ਼ ਈਜ਼ੀ ਐਕਸਰਸਾਈਜ਼ ਹੇਅਰ ਦਾ ਵਰਡ ਇਜ਼ ਈਜ਼ੀ ਈਜ਼ੀ ਐਂਡ ਤੁਸੀਂ ਇਜ਼ੀ ਨੂੰ ਬੋਲੋ ਆਪਣੇ ਕੋਲ ਈਡੀ ਦੀ ਆਵਾਜ਼ ਆ ਰਹੀ ਹੈ ਸੋ ਵੀ ਵੀ ਰਾਈਟ ਹੇਅਰ ਐਂ ਨੈਕਸ ਮੀਨੂ ਹੈਜ਼ ਡੈਸ਼ ਬਨਾਣਾ ਐਂਡ ਡੈਸ਼ ਐਪਲ ਇਨ ਹਰ ਬੈਗ ਬਨਾਣਾ ਕਾਮਨ ਸੋ ਵੀ ਵੀ ਯੂਜ਼ ਆ ਮੀਨੂ ਹੈਜ਼ ਆ ਬਨਾਣਾ ਯਾ ਇੱਕ ਤਾਂ ਵੀ ਆ ਰਿਹਾ ਮੀਨੂ ਕੋਲ ਇੱਕ ਬਨਾਣਾ ਹੈ ਐਂਡ ਡੈਸ਼ ਐਪਲ ਇਨ ਹਰ ਬੈਗ ਤਾਂ ਐਪਲ ਜਦੋਂ ਆਪਾਂ ਐਪਲ ਲਿਖਾਂਗੇ ਆੜੇ ਦੀ ਆਵਾਜ਼ ਆਏਗੀ ਤਾਂ ਵੀ ਵੀ ਯੂਜ਼ ਹੇਅਰ ਐਨ ਵਰਡ ਐਨ ਆਰਟੀਕਲ ਸੋ ਮੀਨੂ ਹੈਜ਼ ਅ ਬਨਾਨਾ ਐਂਡ ਐਨ ਐਪਲ ਇਨ ਹਰ ਬੈਗ ਥਰਡ ਇਜ਼ ਰਜਤ ਇਜ਼ ਅ ਹਾਰਡ ਵਰਕਰ ਐਂਡ ਡੈਸ਼ ਓਨੈਸਟ ਬੋਏ ਓਨੈਸਟ ਇਹਨੂੰ ਨੀ ਓਨੈਸਟ ਦੇ ਵਿੱਚ ਆਪਾਂ ਇਹਦੇ ਵਿੱਚ ਵੀ ਆਪਣੇ ਕੋਲ ਆਵਾਜ਼ ਆ ਰਹੀ ਹੈ ਤਾਂ ਆਪਾਂ ਐਨ ਯੂਜ਼ ਕਰਾਂਗੇ डे सन इज वेरी हॉट एंड ब्राइट टूडे सन सूरज तो इक्की है ना तूरज खास चीज है वी वी यूज द द सन इज वेरी हॉट एंड ब्राइट टूडे नेक्स्ट माई अंकल हैज बेक डैश केक फॉर मी केक इज कॉमन नाउ सो वी वी यूज आ सिक्स इज टूडे आई हैव डैश ओल्ड मैन एंड डैश यंग लेडी एंड ओल्ड मैन क्योंकि उड़ेदी आवाज़ आ रही है ओल्ड So, we will use an young lady. Common noun. So, we will use a. Today, I have an old man and a young lady. Seventh is, we plan to visit Dash Radford. Radford is a, a historical place. So, it is the proper noun. We will use the. We, we plan to visit the Radford. Eighth is, girls will play in Dash Park near my house. ਦਾ ਗਰਲਸ ਉਸ ਪਾਰਕ ਵਿੱਚ ਖੇਡਣ ਗਿਆ ਜੋ ਮੇਰੇ ਘਰ ਦੇ ਨੇੜੇ ਆ ਸਿਰਫ ਪਾਰਕ ਹੁੰਦਾ ਜੇ ਇਨਾਂ ਕੋ ਨਾ ਗਰਲਸ ਵਿਲ ਪਲੇ ਇਨ ਪਾਰਕ ਤਾਂ ਆਪਾਂ ਨੇ ਆ ਯੂਜ਼ ਕਰਨਾ ਸੀ ਕਿਉਂਕਿ ਉੱਥੇ ਪਾਰਕ ਦੀ ਆਪ ਨੂੰ ਸਪੈਸ਼ਲ ਪਲੇਸ ਜਗ੍ਹਾ ਨਹੀਂ ਦਰਸਾਏਗੀ ਤਾਂ ਉਹਨਾਂ ਨੇ ਸਪੈਸ਼ਲ ਮੈਂਸ਼ਨ ਕੀਤਾ ਬਿਕਾਜ਼ ਉਸ ਪਾਰਕ ਵਿੱਚ ਖੇਡਣ ਗਿਆ ਜੋ ਮੇਰੇ ਘਰ ਦੇ ਨੇੜੇ ਆ ਤਾਂ ਆਪਣੇ ਘਰ ਦੇ ਨੇੜੇ ਹੈ ਜਗ੍ਹਾ ਨੂੰ ਦਰਸਾ ਰਿਹਾ ਤਾਂ ਆਪਾਂ ਦਾ ਯੂਜ਼ ਕਰਾਂਗੇ ਵੀ ਵੀ ਯੂਜ਼ ਹੇਅਰ ਦਾ ਨੈਕਸਟ ਕਨਵਰਸੇਸ਼ਨ ਹਾਏ ਗੁਰਪ੍ਰੀਤ ਹਾਅ ਯੂ ਤਾਂ ਗੁਰਪ੍ਰੀਤ ਕਿਵੇਂ ਆ ਆਈ ਐਮ ਫਾਈਨ ਥੈਂਕ ਯੂ ਨੈਕਸਟ ਵਟ ਆਰ ਯੂ ਡੂਇੰਗ ਆਈ ਐਮ ਰੀਡਿੰਗ ਆ ਸਟੋਰੀ ਬੁੱਕ ਤਾਂ ਇਹਨੂੰ ਤੁਸੀਂ ਪ੍ਰੈਕਟਿਸ ਕਰਨੀ ਹੈ ਕਨਵਰਸੇਸ਼ਨ ਦੀ ਨੈਕਸਟ ਲੈਟਸ ਟੀ ਰੀਡ ਦਾ ਫੋਲੋਇੰਗ ਵਰਡਸ ਅਲਾਊਡ ਇਹਨਾਂ ਵਰਡਸ ਨੂੰ ਆਪਾਂ ਨੇ ਰੀਡ ਕਰਨਾ ਫਾਈਟ ਲਾਈਟ ਮਾਈਟ ਰਾਈਟ ਟਾਈਟ ਨਾਈਟ ਬਰਾਈਟ ਸਾਈਟ ਆਈਟ ਇਟ ਇਜ ਕਾਮਨ ਇਨ ਆਲ ਵਰਡਸ ਆਈਟ ਲਾਸਟ ਦੇ ਵਿੱਚ ਆਪਣੇ ਕੋਲ ਆਈਟ ਦੀ ਆਵਾਜ਼ ਆਈ ਜਿਵੇਂ ਫਾਈਟ ਸੋ ਪ੍ਰੈਕਟਿਸ ਦੀਸ ਵਰਡਸ ਨੈਕਸਟ ਯੂਜ ਦ ਵਰਡਸ ਗਿਵਨ ਬਲੋ ਟੂ ਕੰਪਲੀਟ ਦ ਫੋਲਿੰਗ ਸੈਂਟੈਂਸਿਸ ਆਪਾਂ ਨੂੰ ਵਰਡ ਦਿੱਤੇ ਗਏ ਨੇ ਜੋ ਇਹਨਾਂ ਨੂੰ ਯੂਜ ਕਰਕੇ ਜੋ ਨੀਚੇ ਸੈਂਟੈਂਸਿਸ ਦਿੱਤੇ ਗਏ ਉਹਨਾਂ ਨੂੰ ਕੰਪਲੀਟ ਕਰਨਾ ਵਰਡ ਨੇ ਜਿਵੇਂ ਆਪਣੇ ਕੋਲ ਇਟ ਫੇਦਫੁਲ ਕਾਲੂ ਬਲੈਕ ਪਲੇ ਤਾਂ ਆਪਾਂ ਕੰਪਲੀਟ ਕਰਾਂਗੇ ਦਿਸ ਇਜ਼ ਮਾਈ ਪੈਟ इट्स नेम इज़ नेम तो ये बिज अपने कोल जो भी वर्ड के बच्चे नेम की दिता गया कालू सो वी विल फील हेयर कॉलू इट्स नेम इज कलू इट्स डैश इन कलर कलर नेम की दिता गया कोल ब्लैक सो वी विल राइट हेयर ब्लैक इट्स ब्लैक इन कलर आई डैश विद इट आए तो अपने को हेयर वी विल यूज फॉर्म ऑफ वर्क अपने कोल वर्क कही दिखा गया प्ले आई प्ले विद इट डैश इज़ वेरी डैश इट इज़ वेरी फेथफुल This is my pet. Its name is Kalu. It's black in color. I play with it. It's very faithful. Thanks. Have a nice day.